ਉਹਨਾਂ ਨਾਲ ਸਵੇਰ ਮੀਟਿੰਗ ਹੋਈ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਸੀਗੇ ਕੁਝ ਕੰਟੈਸਟਡ ਕੈਂਡੀਡੇਟ ਸੀਗੇ ਮੈਂਬਰ ਆਫ ਪਾਰਲੀਮੈਂਟ ਦੇ ਤੇ ਹੁਣ ਕੁਝ ਕੰਟੈਸਟਡ ਕੈਂਡੀਡੇਟਸ ਦੇ ਨਾਲ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਰਹੀ ਹਰ ਵਿਅਕਤੀ ਨੇ ਆਪਣੇ ਆਪਣੇ ਵਿਚਾਰ ਰੱਖੇ ਕਿਸੇ ਨੇ ਅਲਾਇੰਸ ਦੀ ਗੱਲ ਕੀਤੀ ਕਿਸੇ ਨੇ ਡਿਸਿਪਲਿਨ ਦੀ ਗੱਲ ਕੀਤੀ ਕਿਸੇ ਨੇ ਆਉਣ ਵਾਲੇ ਦਿਨਾਂ ਚ ਕਿਸ ਪ੍ਰਕਾਰ ਅਸੀਂ ਕੈਂਪੇਨ ਆਪਦੀ ਸਟਾਰਟ ਕਰਨੀ ਹੈ ਔਰ ਕਿੱਦਾਂ ਨਰੇਟਿਵ ਸੈੱਟ ਕਰਨਾ ਉਹਦੀ ਗੱਲ ਕੀਤੀ ਕਿਸੇ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਗੱਲ ਕੀਤੀ ਅੱਡ ਅੱਡ ਮੁੱਦਿਆਂ ਤੇ ਚਰਚਾ ਰਹੀ ਔਰ ਸਭ ਨੇ ਆਪਣੇ ਖੁੱਲ ਖੁੱਲ ਕੇ ਵਿਚਾਰ ਰੱਖੇ ਔਰ ਮੇਰਾ ਖਿਆਲ ਪੰਜਾਬ ਦੇ ਪ੍ਰਭਾਰੀ ਦਵਿੰਦਰ ਯਾਦਵ ਜੀ ਉਹਨਾਂ ਨੂੰ ਸਭ ਨੂੰ ਵਿਸਥਾਰਪੂਰਵਕ ਸੁਣਿਆ ਫਿਰ ਅਲੱਗ ਵੀ ਲੋਕਾਂ ਨੂੰ ਟਾਈਮ ਦਿੱਤਾ ਦੋ ਦੋ ਪੰਜ ਪੰਜ ਮਿੰਟ ਦਾ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚਾਰ ਦਿਨ ਇੱਥੇ ਹਾਂ ਕੋਈ ਵੀ ਵਿਅਕਤੀ ਕਿਸੇ ਵੇਲੇ ਵੀ ਆ ਕੇ ਮੈਨੂੰ ਮਿਲ ਕੇ ਕੋਈ ਹੋਰ ਗੱਲ ਵੀ ਦੱਸ ਸਕਦਾ ਸੋ ਇਸ ਤਰ੍ਹਾਂ ਦਾ ਅੱਜ ਦੀਆਂ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਰਿਹਾ ਸੋ ਮੈਂ ਅੱਜ ਤੁਹਾਡੇ ਸਾਹਮਣੇ ਦੱਸਦਿਆਂ ਇੱਕ ਅੱਧਾ ਮੀਡੀਆ ਚੈਨਲ ਜਿਹੜਾ ਹਮੇਸ਼ਾ ਅੱਜ ਤੱਕ ਡੇਢ ਸਾਲ ਦੇ ਵਿੱਚ ਕੋਈ ਵੀ ਕਾਂਗਰਸ ਪਾਰਟੀ ਦੀ ਉਸ ਬੰਦੇ ਨੇ ਖਬਰ ਨਹੀਂ ਚਲਾਈ ਔਰ ਹਮੇਸ਼ਾ ਨੈਗੇਟਿਵ ਖਬਰ ਫੈਲਾਉਣ ਦੇ ਵਿੱਚ ਉਹ ਚੈਨਲ ਮਾਹਰ ਰਿਹਾ ਕਿਉਂ ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰਾ ਪੈਸਾ ਕਰੋੜਾਂ ਰੁਪਇਆ ਉਸ ਚੈਨਲ ਨੂੰ ਦਿੱਤਾ ਗਿਆ ਮੈਂ ਉਸ ਚੈਨਲ ਦਾ ਨਾਮ ਨਹੀਂ ਲੈ ਰਿਹਾ ਚਾਹੁੰਦਾ ਇਸ ਕਰਕੇ ਕੇਵਲ ਇੱਕ ਚੈਨਲ ਹਮੇਸ਼ਾ ਖਲਬਲੀ ਪੈਦਾ ਕਰਦਾ ਹੈ ਕਿਸੇ ਨੇ ਬਾਈਕਾਟ ਨਹੀਂ ਕੀਤਾ ਹੁਣ ਮੰਨ ਲਓ ਕੋਈ ਵਿਅਕਤੀ ਅੱਜ ਨਹੀਂ ਆ ਸਕਦਾ ਰਾਜਕੁਮਾਰ ਚੱਬੇਵਾਲ ਜੀ ਦਾ ਅੱਜ ਮਾਤਾ ਜੀ ਬਿਮਾਰ ਹੋ ਗਏ ਉਦਾਹਰਣ ਦੇ ਤੌਰ ਤੇ ਪਹਿਲਾਂ ਕਿਸੇ ਨੇ ਵੀ ਚਲਾਤਾ ਸੀ ਤ੍ਰਿਪਤ ਰਜਿੰਦਰ ਬਾਜਵਾ ਸਾਹਿਬ ਸੋ ਮੇਰੇ ਕਹਿਣ ਦਾ ਮਤਲਬ ਬਾਈਕਾਟ ਕਾਹਦਾ ਕਰਨਾ ਉਹਨਾਂ ਸਾਥੀਆਂ ਨੇ ਉਹ ਸਾਡੇ ਸਾਥੀ ਹੈ ਮੈਨੂੰ ਨਹੀਂ ਲੱਗਦਾ ਵੀ ਕਿਸੇ ਪ੍ਰਕਾਰ ਦਾ ਕੋਈ ਰੌਲਾ ਕਰਕੇ ਬਾਈਕਾਟ ਹਾਂ ਪਰ ਕਿਸੇ ਚੈਨਲ ਨੂੰ ਜਦੋਂ ਬੇਤਾਸ਼ਾ ਸਰਕਾਰ ਵੱਲੋਂ ਦੌਲਤ ਦਿੱਤੀ ਜਾ ਰਹੀ ਹੋਵੇ ਫੇਰ ਉਹਨੇ ਇਹ ਗੱਲ ਚਲਾਉਣੀ ਹੈ ਜਾਣ ਬੁੱਝ ਕੇ ਕਿ ਕਾਂਗਰਸ ਪਾਰਟੀ ਦਾ ਜਿਹੜਾ ਇੰਚਾਰਜ ਆਇਆ ਹੋਇਆ ਅੱਜ ਉਹਦਾ ਸਾਰਾ ਪ੍ਰੋਗਰਾਮ ਤਾਰ ਫਿਡੋ ਕਰਨਾ ਸੋ ਇਹ ਜਿਹਨਾਂ ਸਾਥੀਆਂ ਦੇ ਬਾਈਕਾਟ ਦੀ ਤੁਸੀਂ ਗੱਲ ਕਰ ਰਹੇ ਹੋ ਕੱਲ ਜਾਂ ਪਰਸੋਂ ਤੁਸੀਂ ਦੇਖ ਲਿਓ ਜੋ ਮੀਟਿੰਗਾਂ ਸ਼ਾਮਿਲ ਹੋਣਗੇ ਤੇ ਆਪਦੇ ਪਰਿਵਾਰੀ ਨੂੰ ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਗਿਲਾ ਸ਼ਿਕਵਾ ਨਹੀਂ ਹੈ ਸਿੱਧੂ ਕੇ ਮਸਲੇ ਪਰ ਆਦਰਣੀ ਦਵਿੰਦਰ ਯਾਦਵ ਜੀ ਜੋ ਹਮਾਰੇ ਪ੍ਰਭਾਰੀ ਹੈ ਹਰ ਚੀਜ਼ ਉਨਕੇ ਨੌਲੇਜ ਮੇ ਹੈ ਹਰ ਚੀਜ਼ ਉਨਕੋ ਪਤਾ ਹੈ ਉਸਕੇ ਬਾਰੇ ਮੇ ਜੋ ਫੈਸਲਾ ਲੈਣਾ ਹੋਗਾ ਦਵਿੰਦਰ ਯਾਦਵ ਜੀ ਲੈਣਗੇ ਲੇਕਿਨ ਕਿਆ ਡਿਸਿਪਲਿਨ ਪੰਜਾਬ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਉਹਨਾਂ ਦੇ ਖਿਲਾਫ਼ ਕੋਈ ਦੇਖੋ ਜੀ ਗੱਲ ਇਹ ਹੈ ਕਿ ਜੋ ਡਿਸਿਪਲਿਨ ਭੰਗ ਕਰੇਗਾ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਉਹਦੇ ਤੇ ਕਾਰਵਾਈ ਬਣਦੀ ਹੈ ਔਰ ਕਾਂਗਰਸ ਪਾਰਟੀ ਜ਼ਰੂਰ ਕਾਰਵਾਈ ਅਗਰ ਕੋਈ ਡਿਸਿਪਲਿਨ ਭੰਗ ਕਰੇਗਾ ਉਹਦੇ ਤੇ ਹੋਏਗੀ ਮੈਂ ਕਹਿ ਰਹਾ ਹੂੰ ਕਿ ਵੋ ਵੀ ਦਵਿੰਦਰ ਯਾਦਵ ਜੀ 100% ਹਮਨੇ ਆਪਣੀ ਬਾਤ ਦਵਿੰਦਰ ਯਾਦਵ ਜੀ ਕੇ ਸਾਹਮਣੇ ਰੱਖ ਦੀ ਹੈ ਔਰ ਕਿਆ ਨਜਾਇਜ਼ ਹੈ ਔਰ ਕਿਆ ਜਾਇਜ਼ ਹੈ ਵੋ ਦਵਿੰਦਰ ਯਾਦਵ ਜੀ ਆਨੇ ਵਾਲੇ ਦਿਨੋਂ ਮੇ ਉਸਕੇ ਉਪਰ ਫੈਸਲਾ ਲੇਂਗੇ ਅਲਾਇੰਸ ਦੇਖੋ ਅੰਦਰ ਅਲਾਇੰਸ ਦੇ ਉੱਤੇ ਬਹੁਤ ਸਾਰੇ ਲੀਡਰਾਂ ਨੇ ਆਪਦੀ ਗੱਲਬਾਤ ਕਿਉਂਕਿ ਇਹ ਕੋਈ ਪੁੱਛਿਆ ਨਹੀਂ ਗਿਆ ਸੀਗਾ ਹਰ ਬੰਦੇ ਨੇ ਆਪਣੀ ਆਪਣੀ ਗੱਲ ਰੱਖੀ ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਸੋ ਮੈਂ ਉਹ ਮੀਡੀਆ ਪਲੇਟਫਾਰਮ ਤੇ ਨਹੀਂ ਤੁਹਾਨੂੰ ਉਹ ਦੱਸ ਸਕਦਾ ਲੇਕਿਨ ਹੁਣ ਤੱਕ ਦੀ ਇਹ ਕਹਾਣੀ ਹੈ ਉਹ ਮੈਂ ਦੱਸਣਾ ਚਾਹੁੰਦਾ ਅੱਜ ਕੋਈ ਸੀਟ ਸ਼ੇਅਰਿੰਗ ਦੀ ਗੱਲ ਕਰ ਰਿਹਾ ਸੀ ਹਜੇ ਤੱਕ ਪਾਰਟੀ ਨੇ ਸਾਨੂੰ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਵਾਸਤੇ ਕਿਹਾ ਹਜੇ ਤੱਕ ਕਿਸੇ ਗੱਲ ਦੀ ਅਲਾਇੰਸ ਦਾ ਹਾਂ ਆਪਣੇ ਲੋਕਾਂ ਨੇ ਮਨ ਦੇ ਭਾਵ ਦੱਸੇ ਅਲਾਇੰਸ ਬਾਰੇ ਲੇਕਿਨ ਪਾਰਟੀ ਵੱਲੋਂ ਇਸ ਪ੍ਰਕਾਰ ਦਾ ਕੋਈ ਹੁਕਮ ਨਹੀਂ ਹੈ ਕਿ ਤੁਸੀਂ ਅਲਾਇੰਸ ਜਾਣਾ ਜਾਂ ਨਹੀਂ ਜਾਣਾ ਜਾਂ ਸੀਟ ਸ਼ੇਅਰਿੰਗ ਹੋਣੀ ਹੈ ਜਾਂ ਨਹੀਂ ਹੋਣੀ ਅਸੀਂ 13 ਦੀਆਂ 13 ਸੀਟਾਂ ਚੋਣ ਮੈਦਾਨ ਦੇ ਵਿੱਚ ਲੜਦੇ ਹੋਏ ਅੱਜ ਦੀ ਜਿਹੜੀ ਰਣਨੀਤੀ ਔਰ ਅੱਜ ਦੀ ਜਿਹੜੀ ਮੀਟਿੰਗ ਕਰ ਰਹੇ ਪਾਰਟੀ ਦੇ ਲੋਕਾਂ ਦੀ ਭਾਵਨਾਵਾਂ ਨੇ ਅਲਾਇੰਸ ਲੈਣ ਮੈਡਮ ਬਹੁਤ ਸਾਰਿਆਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਸਾਰੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹ ਤੁਹਾਡੇ ਮੀਡੀਆ ਚੈਨਲ ਤੇ ਮੈਂ ਨਹੀਂ ਦੱਸ ਸਕਦਾ ਸੋ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹ ਜਿਹੜੀਆਂ ਭਾਵਨਾਵਾਂ ਸਨ ਉਹ ਦਵਿੰਦਰ ਯਾਦਵ ਜੀ ਨੂੰ ਕੋਲੇ ਜਿਨ੍ਹਾਂ ਨੇ ਦੱਸੀਆਂ ਪਹਿਲਾਂ ਆਲਰੇਡੀ ਰਾਹੁਲ ਗਾਂਧੀ ਖੜਗੇ ਸਾਹਿਬ ਕੇ ਸੀ ਵੇਣੁਗੋਪਾਲ ਜੀ ਨਾਲ ਮੀਟਿੰਗ ਹੋ ਚੁੱਕੀ